ਮੈਨੂੰ ਤਾਂ ਲੱਗਦਾ ਫੋਨ ਆ ਉਹ ਬੱਲੇ ਓਏ ਇਹਦਾ ਫੋਨ ਆ ਉਹ ਮੈਨੂੰ ਫੋਨ ਮਿਲ ਗਿਆ ਉਹ ਯਾਰ ਇਹ ਤਾਂ ਬੜੇ ਬਟਨ ਆ ਬੜਾ ਮਹਿੰਗਾ ਫੋਨ ਲੱਗਦਾ ਲੱਗਦਾ ਕੋਈ ਸੈਰ ਕਰਨ ਆਇਆ ਸੀ ਇੱਥੇ ਭੁੱਲ ਗਿਆ ਆਪਣਿਆਂ ਦਾ ਮੌਜਾਂ ਹੀ ਮੌਜਾਂ ਆ ਕਿਹਦੀ ਕਾਲ ਆ ਗਈ ਮੈਨੂੰ ਲੱਗਦਾ ਫੋਨ ਵਾਲੀ ਦੀ ਕਾਲ ਆ ਕੱਟੋ ਪਰਾਂ ਮੈਨੂੰ ਤਾਂ ਲੱਗਦਾ ਸਿਮ ਕੱਢਣਾ ਪੈਣਾ ਸਿਮ ਕੱਢ ਕੇ ਪਾਸੇ ਕਰਦੇ ਆ ਵਾਹ ਬਾਈ ਮੌਜਾਂ ਹੋ ਗਈਆਂ ਘਰੇ ਆ ਕੇ ਚੁੱਪ ਚਾਪ ਬੈਗ 'ਚ ਪਾ ਲੈਣਾ ਕਿਸੇ ਨੂੰ ਨਹੀਂ ਦੱਸਣਾ ਆਫਲਾਈਨ ਗੇਮਾਂ ਖੇਡਿਆ ਕਰਾਂਗੇ ਮਹਿੰਗੇ ਮੋਬਾਈਲ 'ਤੇ ਬਸ ਕੀ ਦੱਸਾਂ ਅੱਜ ਮੈਂ ਪਹਿਲਾਂ ਸਵੇਰੇ ਏ ਟੀ ਐੱਮ ਚਲਾ ਗਿਆ ਫਿਰ ਉਹ ਨਾਲ ਮਲਹੋਤਰਾ ਸਾਹਿਬ ਮਿਲ ਗਏ ਮੈਂ ਉਹਨਾਂ ਨਾਲ ਸੈਰ ਕਰਨ ਚਲਾ ਗਿਆ ਔਰ ਅੱਜ ਜਦੋਂ ਬੈਠੇ ਅਤੇ ਮੇਰਾ ਕਿਤੇ ਪਰਸ ਹੀ ਡਿੱਗ ਪਿਆ 12,000 ਰੁਪਏ ਕਢਵਾਇਆ ਸੀਗਾ ਸੇਵਾ ਫਰੀ ਦੀ ਫੀਸ ਦੇਣੀ ਸੀਗੀ ਉਹਦਾ ਦਾਖਲਾ ਭਰਨਾ ਸੀਗਾ ਅਤੇ ਉਹ 12,000 ਦਾ 12,000 ਪਰਸ ਰਹਿ ਗਿਆ ਅਤੇ ਲੱਭਿਆ ਬਹੁਤ ਪਰ ਉਹ ਮਿਲਿਆ ਹੈ ਹੁਣ ਮੈਨੂੰ ਬਹੁਤ ਜ਼ਿਆਦਾ ਦੁੱਖ ਲੱਗਾ ਵਾ ਮੈਨੂੰ ਸਮਝ ਨਹੀਂ ਆਉਂਦਾ ਬੇਟਾ ਪਤਾ ਨਹੀਂ ਕਹਿੰਦੇ ਜਦੋਂ ਮੈਂ ਕਢਾ ਕੇ ਪੈਸੇ ਸੈਰ ਕਰਨ ਗਿਆ ਤਾਂ ਰਸਤੇ 'ਚ ਜਾਂ ਤਾਂ ਕਿਸੇ ਨੇ ਪਰਸ ਕੱਢ ਲਿਆ ਜਾਂ ਫਿਰ ਉਹ ਸਲਿਪ ਹੋ ਗਿਆ ਜੇਬ 'ਚ ਕੁਛ ਕਹਿ ਨਹੀਂ ਸਕਦਾ ਹਾਂ ਮੇਰੇ ਦਿਮਾਗ ਨੇ ਕਿਹਾ ਸੀ ਤੇਰਾ ਕੱਲ੍ਹ ਆ ਹੀ ਦੇਣਾ ਜੇ ਅਸੀਂ ਉਸ ਨਾਲ ਹੀ ਤੇਰਾ ਨਾਮ ਕਰ ਸਕਦੇ ਅੱਛਾ ਚਲੋ ਕੋਈ ਨਹੀਂ ਹੁਣ ਅਸੀਂ ਤਾਂ ਬੰਦੋਬਸਤ ਕੀਤਾ ਸੀ ਕਿਤੇ ਹੁਣ ਡਿਮੋਟ ਕਰਾਂਗੇ ਕਿਸੇ ਤੋਂ ਉਧਾਰੇ ਫੜਾਂਗੇ ਆਪਾਂ ਹੈ ਨਾ ਤੇਰੀ ਫੀਸ ਤਾਂ ਕੱਲ੍ਹ ਜਮ੍ਹਾਂ ਕਰਾਵਾਂਗੇ ਤੂੰ ਸਕੂਲ ਜਾਣਾ ਠੀਕ ਹੈ ਜੇ ਕਿਸੇ ਇਮਾਨਦਾਰ ਬੰਦੇ ਦੇ ਹੱਥ 'ਚ ਆ ਜਾਂਦਾ ਤਾਂ ਸ਼ਾਇਦ ਉਹ ਮੋੜ ਜਾਵੇ ਕਿਉਂਕਿ ਤੇਰੇ ਪਾਪਾ ਦਾ ਐਡਰੈਸ ਹੈ ਵਿੱਚ ਹੈ ਨਾ ਜੇ ਕਿਸੇ ਬੇਈਮਾਨ ਦੇ ਹੱਥ 'ਚ ਆਉਂਦਾ ਫਿਰ ਆਪਾਂ ਕੁਛ ਕਰ ਨਹੀਂ ਸਕਾਂਗੇ ਹੈ ਨਾ ਇਹਨੂੰ ਉਹਨੇ ਮੋੜ ਲਿਆ ਜੀ ਇਮਾਨਦਾਰ ਬੰਦਾ ਕਿਹੜਾ ਹੁੰਦਾ ਤੇਰੇ ਵਰਗਾ ਪੁੱਤਰ ਜਿਹੜਾ ਕਿਸੇ ਕੀ ਰੱਖੇ ਨਾ ਮੋੜ ਦੇਵੇ ਸੱਚ ਬੋਲ ਕੇ ਤੇਰੇ ਵਰਗਾ ਬਿਲਕੁਲ ਦੇ ਗਿਆ ਤਾਂ ਮੈਂ ਕੀ ਬਣ ਹੋ ਸਕਦਾ ਤਾਂ ਮੈਂ ਜਾਵਾਂਗੇ ਤੇਰੀ ਫੀਸ ਪੂਰੀ ਹੋ ਜਾਊਗੀ ਦਾਦੀ ਕਹਿੰਦੇ ਇਮਾਨਦਾਰ ਬੰਦਾ ਤੇਰੇ ਵਰਗਾ ਪਰ ਮੈਨੂੰ ਉਹ ਮੋਬਾਈਲ ਮਿਲਿਆ ਮੈਂ ਤਾਂ ਮੋੜਿਆ ਹੀ ਨਹੀਂ ਇਸ ਲਈ ਇਹਦਾ ਮਤਲਬ ਮੈਂ ਇਮਾਨਦਾਰ ਬੰਦਾ ਨਹੀਂ ਆਪਣੇ ਘਰ 12,000 ਰੁਪਏ ਗੁੰਮੇ ਸਾਰੇ ਦੁਖੀ ਨੇ ਅਤੇ ਜਿਹਦਾ ਮੋਬਾਈਲ ਗੁੰਮਿਆ ਹੋਊਗਾ ਉਹ ਕਿੰਨਾ ਦੁਖੀ ਹੋਊਗਾ ਮੈਨੂੰ ਉਹ ਮੋੜ ਦੇਣਾ ਚਾਹੀਦਾ ਸਿਮ ਤਾਂ ਪਤਾ ਅੰਕਲ ਤੁਹਾਡਾ ਮੋਬਾਈਲ ਗੁੰਮ ਗਿਆ ਸੀਗਾ ਅੰਕਲ ਮੈਂ ਨਾ ਪਾਰਕ 'ਚ ਗਿਆ ਸੀਗਾ ਮੈਨੂੰ ਉੱਥੇ ਤੁਹਾਡਾ ਮੋਬਾਈਲ ਲੱਭ ਗਿਆ ਮੇਰਾ ਨਾਮ ਹਾਂਜੀ ਹਾਂਜੀ ਮੇਰਾ ਨਾਮ ਸ਼ਿਵਪ੍ਰੀਤ ਸਿੰਘ ਆ ਅਤੇ ਮੈਂ ਮੇਰਾ ਘਰ ਇੱਥੇ ਸ਼ੇਰਪੁਰਾ ਚੌਂਕ 'ਤੇ ਇੱਧਰਲੀ ਗਲੀ 'ਚ ਸ਼ੇਰਪੁਰਾ ਚੌਂਕ ਦੀ ਗਲੀ 'ਚ ਦੇ ਐਂਡ 'ਚ ਘਰ ਹਾਂਜੀ ਜੀ ਅੱਗੇ ਲੈ ਜੀ ਪੈਸੇ ਨਹੀਂ ਆਪਾਂ ਨੂੰ ਮੋੜਨੇ ਚਾਹੀਦੇ ਜਿਹਦੇ ਵੀ ਆ ਠੀਕ ਹੈ ਯਾਰ ਮੋੜ ਇਹ ਵਿੱਚ ਐਡਰੈਸ ਕਾਰਡ ਵੀ ਆ ਹਾਂ ਚਲੋ ਮੈਂ ਫੋਨ ਲਾਉਣੀ ਆ ਓਕੇ ਹੈਲੋ
ਸਤਿ ਸ੍ਰੀ ਅਕਾਲ ਅੰਕਲ ਤੁਹਾਡਾ ਪਰਸ ਗੁੰਮਿਆ ਕੋਈ ਅਸੀਂ ਨਾ ਅਲੀਗੜ੍ਹ ਵਾਲੇ ਰੋਡ 'ਤੇ ਸੈਕਰਡ ਹਾਰਟ ਕੋਲ ਖੜ੍ਹੇ ਹਾਂ ਉੱਥੋਂ ਆ ਕੇ ਆਪਣਾ ਪਰਸ ਲਿਆ ਜੋ ਓਕੇ ਕਿੰਨੇ ਚਿਰ ਬਾਅਦ ਕਿੰਨੇ ਚਿਰ ਮੈਂ ਕਿੰਨੇ ਕੁ ਚਿਰ ਵਿੱਚ ਆਉਂਗੇ ਅੱਛਾ ਫਿਰ ਅਸੀਂ ਖੜ੍ਹੇ ਹਾਂ ਲੈ ਜਾਓ ਆ ਕੇ ਓਕੇ ਐਵੇਂ ਮੋੜ ਤਾਂ ਆਪਾਂ ਦਾ ਆਪਾਂ ਰੱਖ ਲੈਣਾ ਸੀਗਾ ਉਹ ਨਹੀਂ ਉਹ ਕਿਸੇ ਦੀ ਚੀਜ਼ ਮੋੜਨੀ ਚਾਹੀਦੀ ਰੱਖਣੀ ਨਹੀਂ ਚਾਹੀਦੀ ਬੇਟਾ ਤੁਹਾਨੂੰ ਪਰਸ ਮਿਲਿਆ ਮੇਰਾ ਹਾਂਜੀ ਅੰਕਲ ਤੁਹਾਡਾ ਹੀ ਹੈ ਥੈਂਕ ਯੂ ਬੇਟਾ ਮੈਨੂੰ ਬਹੁਤ ਲੋੜ ਸੀ ਮੈਂ ਤਾਂ ਆਪਣੇ ਬੇਟੇ ਦੀ ਫੀਸ ਦੇਣੀ ਸੀਗੀ ਇਹਦੇ 'ਚ ਮੈਂ ATM 'ਚੋਂ ਪੈਸੇ ਕਢਾਏ ਸੀ ਮੈਨੂੰ ਤਾਂ ਬਹੁਤ ਦੁੱਖ ਸੀ ਸ਼ਾਬਾਸ਼ ਬੇਟਾ ਇਹ ਤਾਂ ਸਾਡਾ ਫਰਜ਼ ਸੀ ਅੰਕਲ ਕੋਈ ਨਾ ਅਤੇ ਤੁਹਾਡੇ ਸਕੂਲ ਨੇ ਤੁਹਾਨੂੰ ਬਹੁਤ ਚੰਗੀ ਸਿੱਖਿਆ ਦਿੱਤੀ ਹੈ ਰੱਬ ਤੁਹਾਨੂੰ ਪਰਮਾਤਮਾ ਤੁਹਾਨੂੰ ਬਹੁਤ ਵਿੱਦਿਆ ਦੇਵੇ ਅਤੇ ਬੇਟਾ ਆਈ ਐਮ ਵੈਰੀ ਮੱਚ ਥੈਂਕਫੁਲ ਟੂ ਯੂ ਅਤੇ ਤੁਸੀਂ ਨਾ ਇਨਾਮ ਰੱਖ ਲਓ ਰਾਜੇ ਮੈਨੂੰ ਪੈਸੇ ਪਰਸ ਦੀ ਬੜੀ ਲੋੜ ਸੀਗੀ ਮੈਨੂੰ ਬਹੁਤ ਦੁੱਖ ਸੀਗਾ ਤੁਸੀਂ ਇਹ 100 ਰੁਪਏ ਇਨਾਮ ਰੱਖ ਲਓ ਨਹੀਂ ਨਹੀਂ ਇਹ ਤੁਹਾਡਾ ਇਨਾਮ ਹੈ ਬੇਟਾ ਪ੍ਰਾਈਜ਼ ਰੱਖ ਲਓ ਤੁਸੀਂ ਰੱਖ ਲਓ ਨਹੀਂ ਸਰ ਥੈਂਕ ਯੂ ਇਹਦੇ ਨਾਲ ਕੁਛ ਨਹੀਂ ਹੁੰਦਾ ਗਾ ਇਹ ਮੇਰੀ ਖੁਸ਼ੀ ਹੈ ਰੱਖ ਲਓ ਰੱਖ ਲਓ ਕੋਈ ਨਾ ਸਰ ਬੇਟਾ ਆਪਾਂ ਹਵੇਲੀ ਜਾਣਾ ਹੈ ਡਿਨਰ ਕਰਨ ਬੇਟਾ ਆਪਾਂ ਨੂੰ ਪਰਸ ਮਿਲ ਗਿਆ 10-12 ਹਜ਼ਾਰ ਰੁਪਇਆ ਪੂਰਾ ਮਿਲ ਗਿਆ ਇੱਕ ਬੱਚਾ ਸੀਗਾ ਪੂਰਾ ਇਮਾਨਦਾਰ ਤੇਰੇ ਵਰਗਾ ਉਹ ਪਰਸ ਲੈ ਆਇਆ ਆਪਣਾ ਐਡਰੈਸ ਲਿਖਿਆ ਸੀਗਾ ਪਰਸ 'ਤੇ ਅਤੇ ਉਹ ਸਾਰਾ ਪੈਸਾ ਮੁੜ ਗਿਆ ਹੁਣ ਆਪਾਂ ਤੇਰੀ ਕੱਲ੍ਹ ਦਾਖਲਾ ਫੀਸ ਕਰਾਵਾਂਗੇ ਨਾਲੇ ਹੁਣ ਆਪਾਂ ਜਾ ਕੇ ਸੈਲੀਬ੍ਰੇਟ ਕਰਾਂਗੇ ਠੀਕ ਹੈ ਲੈਟ ਅਸ ਇੰਜੋਏ ਐਂਡ ਗੋ ਟੂ ਹਵੇਲੀ ਐਂਡ ਹੈਵ ਏ ਨਾਈਸ ਡਿਨਰ ਬੀ ਹੈਪੀ ਜੀ ਕਿੰਨਾ ਚੰਗਾ ਹੋਇਆ ਮੈਂ ਉਹਦਾ ਮੋਬਾਈਲ ਮੋੜਤਾ ਕਿਸੇ ਨੇ ਸਾਡਾ ਪਰਸ ਮੋੜਤਾ ਮੈਂ ਅੱਗੇ ਤੋਂ ਸਾਰੀ ਉਮਰ ਆਈ ਇਮਾਨਦਾਰ ਬਣ ਕੇ ਰਹੂੰਗਾ ਥੈਂਕ ਯੂ ਵਾਹਿਗੁਰੂ ਥੈਂਕ ਯੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਗੁਰਵੰਡ ਪਾਣੀ